ਤੁਸੀਂ ਕਾਰਡਸ਼ੀਟ ਨਾਲ ਇੱਕ ਬਹੁਤ ਸ਼ਾਨਦਾਰ ਕੇਸ ਜਾਂ ਡੱਬਾ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਕਾਰਡਸ਼ੀਟ, ਸੂਈ, ਡਿਵਾਈਡਰ, ਕੈਂਚੀ, ਗੇਂਦ ਇਤਿਆਦਿ ਸਮਾਨ ਚਾਹੀਦਾ ਹੋਵੇਗਾ। ਪਹਿਲਾਂ ਕਾਰਡ ਦੇ ਡਿਜ਼ਾਈਨ ਚਿੱਤਰ ਬਣਾਓ, ਫਿਰ ਡਿਵਾਈਡਰ ਨਾਲ ਆਪਸ ਦੇ ਵਿੱਚ ਲੰਬਾਈ ਵਿੱਚ ਕੱਢਦੇ ਹੋਏ ਆਰਕ ਦੇ ਦੋ ਜੋੜੇ ਬਣਾਓ। ਆਰਕ ਦੀ ਲੰਬਾਈ ਚਕੋਰ ਦੀ ਕਿਨਾਰੇ ਹੋਣਗੇ। ਇਹਨਾਂ ਦੋਨੋਂ ਪੁਆਇੰਟਸ ਤੋਂ ਦੋ ਐਲਿਪਸਿਸ ਬਣਾਓ। ਇਹ ਐਲਿਪਸਿਸ ਡੱਬੇ ਦੀ ਚੌੜਾਈ ਬਣਨਗੇ। ਦੂਜੇ ਚਕੋਰ 'ਤੇ ਵੀ ਐਲਿਪਸਿਸ ਬਣਾਓ। ਬਾਹਰਲੀ ਲਾਈਨ ਨੂੰ ਕੱਟੋ। ਇੱਕ ਪਾਸੇ ਦੋ ਚੀਰੇ ਹੋਣਗੇ ਅਤੇ ਦੂਜੇ ਪਾਸੇ ਦੋ ਫਲੈਪ ਹੋਣਗੇ। ਪਹਿਲਾਂ ਚੀਰਿਆਂ ਨੂੰ ਬਲੇਡ ਨਾਲ ਕੱਟੋ। ਸੂਈ ਅਤੇ ਫੁੱਟੇ ਨਾਲ ਸਿੱਧੀਆਂ ਲਾਈਨਾਂ ਨੂੰ ਸਕਰੈਚ ਕਰੋ। ਮੁੜੀਆਂ ਲਾਈਨਾਂ ਨੂੰ ਫਰੀ ਹੈਂਡ ਹੀ ਸੂਈ ਦੇ ਨਾਲ ਮੋੜਿਆ ਜਾ ਸਕਦਾ ਹੈ। ਸਾਰੇ ਨੰਬਰ ਕੀਤੀਆਂ ਲਾਈਨਾਂ ਆਰਾਮ ਨਾਲ ਫੋਲਡ ਕਰੋ ਅਤੇ ਕਾਰਡਸ਼ੀਟ ਨੂੰ ਇੱਕ ਡੱਬੇ ਦੇ ਆਕਾਰ ਵਿੱਚ ਬਣਾਓ। ਅੰਤ ਵਿੱਚ ਫਲੈਗਸ ਨੂੰ ਚੀਰਿਆਂ ਵਿੱਚ ਫਸਾ ਦਿਓ। ਹੁਣ ਐਲਿਪਸਿਸ ਨੂੰ ਫੋਲਡ ਕਰਕੇ ਡੱਬੇ ਦੇ ਸਾਈਡ 'ਤੇ ਬਣਾਓ। ਡੱਬਾ ਬਣ ਕੇ ਬਹੁਤ ਪਤਲਾ ਅਤੇ ਸ਼ਾਨਦਾਰ ਲੱਗਦਾ ਹੈ। ਤੁਸੀਂ ਡੱਬੇ ਨੂੰ ਸੋਹਣਾ ਬਣਾ ਸਕਦੇ ਹੋ। ਤੁਸੀਂ ਡੱਬੇ ਨੂੰ ਖੋਲ੍ਹ ਕੇ ਉਸ ਦੇ ਵਿੱਚ ਕੁਝ ਮੋਤੀ ਅਤੇ ਬਟਨ ਰੱਖ ਸਕਦੇ ਹੋ। ਤੁਸੀਂ ਸਕੈਚ ਪੈਨ ਰੱਖਣ ਲਈ ਇਹ ਲੰਬਾ ਡੱਬਾ ਬਣਾ ਸਕਦੇ ਹੋ।